ਪੰਜਾਬੀ ਰੇਡੀਓ ਜੁਆਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤੇ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਾਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500, ਗੁਰਦੀਪ ਸਿੰਘ ਬਿਰਦੀ ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬਿਕਰਸਫੀਲਡ, ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, 5599052575, ਟਰਕੀਆਨਾ ਲਾ ਇਮੀਗ੍ਰੇਸ਼ਨ 4159090503 ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ ਬਲਦੇਸ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਮੌਜੂਦਾ ਸਰਕਾਰ ਆ ਜਿਹੜੀ ਭਾਰਤ ਦੀ, ਉਸਨੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜੋ ਆਤਮ ਨਿਰਭਰ ਦੀ ਪਾਲਿਸੀ ਸੀ ਉਸਨੂੰ ਬਦਲਿਆ। ਦੇਖੋ ਜਿਹੜੀਆਂ ਐਕਚੁਅਲੀ ਇਹ ਵਾਅਦਾ ਜਾਂ ਦਾਵਾ ਇਹ ਕਰਦੇ ਸੀਗੇ ਕਿ ਆਤਮ ਨਿਰਭਰ ਬਣਾਉਣਾ ਸੀ ਜਾਂ ਆਤਮ ਨਿਰਭਰ ਬਣ ਜਾਓ, ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਰੌਲਾ ਨਹੀਂ ਪਾਇਆ, ਉਹਨਾਂ ਨੇ ਆਤਮ ਨਿਰਭਰ ਬਣਾਉਣ ਵੱਲ ਨੂੰ ਮੁਲਕ ਨੂੰ ਉਹ ਲੈ ਕੇ ਗਏ, ਚਾਹੇ ਉਹ ਤੁਸੀਂ ਆਜ਼ਾਦੀ ਤੋਂ ਬਾਅਦ ਦਾ ਸਮਾਂ ਲਾ ਲਓ, ਜਿਹੜੇ ਅੱਜ ਵੱਡੇ ਵੱਡੇ ਇੰਸਟੀਟਿਊਸ਼ਨ ਖੜੇ ਆ ਦਿਓ ਕੱਦ, ਏਮਸ ਵਰਗੇ ਜਾਂ JNU ਵਰਗੇ, ਉਹ ਕਿਹਨਾਂ ਨੇ ਬਣਾਏ, ਜਾਂ ਫਸਲਾਂ ਦੇ ਰੂਪ ਦੇ ਵਿੱਚ ਆਤਮ ਨਿਰਭਰ ਜਿਹੜਾ ਸੀਗਾ ਉਹ ਕਿਹੜੀਆਂ ਸਰਕਾਰਾਂ ਦੀਆਂ ਪਾਲਿਸੀਜ਼ ਦੇ ਨਾਲ ਆਇਆ ਜੀ। ਮੌਜੂਦਾ ਕੇਂਦਰ ਦੀ ਸਰਕਾਰ ਤੇ ਉਹਦੇ ਪ੍ਰਧਾਨ ਮੰਤਰੀ ਆਤਮ ਨਿਰਭਰ ਭਾਰਤ ਦਾ ਨਾਰਾ ਬਹੁਤ ਲਾਉਂਦੇ ਸੀਗੇ ਔਰ ਇਹ ਕਹਿੰਦੇ ਸੀਗੇ ਕਿ ਉਹਨਾਂ ਦੀ ਸਰਕਾਰ ਨੇ ਦੂਜੇ ਮੁਲਕਾਂ ਦੇ ਉੱਤੇ ਡਿਪੈਂਡ ਹੋਣਾ ਖਤਮ ਕਰ ਦਿੱਤਾ ਜਾਂ ਕਰ ਰਹੀ ਹੈ, ਤੇ ਛੇਤੀ ਤੋਂ ਛੇਤੀ ਜਿਹੜਾ ਇਹ ਭਾਰਤ ਦੇ ਵਿੱਚ ਹਰ ਸਮਾਨ ਉਹ ਬਣੂਗਾ ਜਿਹੜਾ ਬਾਹਰ ਤੋਂ ਮੰਗਵਾਇਆ ਜਾਂਦਾ। ਇਹਦੇ ਵਾਸਤੇ ਪਾਲਿਸੀ ਦੇ ਵਿੱਚ ਕਈ ਬਦਲਾਅ ਕੀਤੇ ਗਏ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਮੋਦੀ ਸਰਕਾਰ ਨੇ ਨਾ ਸਿਰਫ ਮਨਮੋਹਨ ਸਿੰਘ ਸਰਕਾਰ ਦੇ 16 ਸਾਲ ਪੁਰਾਣੇ ਨਿਯਮਾਂ ਨੂੰ ਬਦਲਤਾ, ਬਲਕਿ ਚਾਈਨਾ ਸਣੇ 40 ਤੋਂ ਜ਼ਿਆਦਾ ਦੇਸ਼ਾਂ ਚੋਂ ਗਿਫਟ ਡੋਨੇਸ਼ਨ ਵੀ ਕਬੂਲ ਕਰ ਲਈ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲੀ UPA ਸਰਕਾਰ ਨੇ 2004 ਤੋਂ ਲੈ ਕੇ 14 ਤੱਕ ਕੇਂਦਰ ਦੇ ਵਿੱਚੋਂ ਰਹੀ 10 ਸਾਲ। ਦਸੰਬਰ 2004 ਦੇ ਵਿੱਚ ਜਦੋਂ ਦੱਖਣ ਭਾਰਤੀ ਇਲਾਕੇ ਦੇ ਵਿੱਚ ਸੁਨਾਮੀ ਨੇ ਤਬਾਹੀ ਮਚਾਈ ਤਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਵਿਦੇਸ਼ੀ ਪੇਸ਼ਕਸ਼ ਇਹ ਕਹਿੰਦਿਆਂ ਠੁਕਰਾਤੀ ਸੀ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਹਾਲਾਤ ਦੇ ਨਾਲ ਨਿਪਟ ਸਕਦੇ ਹਾਂ, ਜ਼ਰੂਰਤ ਪਈ ਤਾਂ ਵਿਦੇਸ਼ੀ ਸਹਾਇਤਾ ਲਵਾਂਗੇ, ਉਸ ਤੋਂ ਬਾਅਦ ਕਦੀ ਜ਼ਰੂਰਤ ਨਹੀਂ ਪਈ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਜੋ ਕਿਹਾ ਸੀਗਾ ਉਹਦੇ ਉੱਤੇ ਉਹ ਕਾਇਮ ਰਹੇ। 2005 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਭੂਚਾਲ ਆਇਆ, 2013 ਦੇ ਵਿੱਚ ਉੱਤਰਾਖੰਡ ਦੇ ਵਿੱਚ ਹੜ੍ਹ ਆਏ, 2014 ਦੇ ਵਿੱਚ ਕਸ਼ਮੀਰ ਦੇ ਵਿੱਚ ਹੜ੍ਹ ਆਏ, ਇਹਨਾਂ ਨੂੰ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਨਾ ਕਿਸੇ ਮੁਲਕ ਤੋਂ ਰਾਹਤ ਮੰਗੀ ਤੇ ਨਾ ਕਿਸੇ ਦੀ ਪੇਸ਼ਕਸ਼ ਜਿਹੜੀ ਸੀ ਉਹਨੂੰ ਸਵੀਕਾਰ ਕੀਤਾ। ਜੇ ਕੋਈ ਦੇਸ਼ ਮਦਦ ਦੀ ਪੇਸ਼ਕਸ਼ ਕਰਨਾ ਚਾਹੁੰਦਾ ਤਾਂ ਉਹਨੂੰ ਸਨਮਾਨ ਦੇ ਨਾਲ ਮਨਾ ਕਰ ਦਿੱਤਾ ਕਿ ਨਹੀਂ ਸਾਡੇ ਕੋਲੇ ਅਨਫ ਹੈਗਾ। ਭਾਰਤ ਸਰਕਾਰ ਦੀ ਹਮੇਸ਼ਾ ਪਾਲਿਸੀ ਇਹੀ ਰਹੀ ਹੈ, ਇਦੋਂ ਪਹਿਲਾਂ ਉੱਤਰ ਕਾਸ਼ੀ ਦੇ ਵਿੱਚ ਭੂਚਾਲ 1991, ਲਾਤੂਰ ਦੇ ਵਿੱਚ ਆਇਆ ਭੂਚਾਲ 1993, ਗੁਜਰਾਤ ਦੇ ਵਿੱਚ ਆਇਆ ਭੂਚਾਲ 2001, ਬੰਗਾਲ ਦੇ ਵਿੱਚ ਤੂਫਾਨ 2002, ਬਿਹਾਰ ਦੇ ਹੜ੍ਹ 2004 ਦੇ ਵਿੱਚ ਭਾਰਤ ਨੇ ਵਿਦੇਸ਼ਾਂ ਤੋਂ ਜਿਹੜੀ ਮਦਦ ਆ ਉਦੋਂ ਲਈ ਸੀਗੀ। 2018 ਦੀ ਕੇਰਲਾ ਦੇ ਵਿੱਚ ਆਏ ਜਿਹੜੇ ਹੜ੍ਹ ਨੇ, ਉਦੋਂ ਰਾਜ ਸਰਕਾਰ ਨੇ ਕਿਹਾ ਸੀਗਾ ਕਿ 700 ਕਰੋੜ ਰੁਪਈਏ ਦੀ ਸਹਾਇਤਾ ਦੀ ਪੇਸ਼ਕਸ਼ UAE ਨੇ ਕੀਤੀ ਆ। ਕੇਂਦਰ ਦੀ ਮੋਦੀ ਸਰਕਾਰ ਨੇ ਇਹ ਕਿਹਾ ਸੀਗਾ ਇਹਦੀ ਜ਼ਰੂਰਤ ਨਹੀਂ, ਰਾਜਾਂ ਦੇ ਵਿੱਚ ਜਿਹੜੀ ਰਾਹਤ ਹੈ ਅਸੀਂ ਉਹਦੇ ਨਾਲ ਕੰਮ ਜਿਹੜਾ ਉਹ ਚਲਾਵਾਂਗੇ। ਮਨਮੋਹਨ ਸਿੰਘ ਦਾ ਦਸੰਬਰ 2004 ਦੇ ਵਿੱਚ ਦਿੱਤਾ ਗਿਆ ਬਿਆਨ ਜਿਹੜਾ ਸੀ ਉਹ ਪਾਲਿਸੀ ਬਣ ਗਿਆ। ਉਸ ਤੋਂ ਬਾਅਦ ਕਦੀ ਵੀ ਐਮਰਜੈਂਸੀ ਦੇ ਵੇਲੇ ਵਿਦੇਸ਼ੀ ਸਹਾਇਤਾ ਨਹੀਂ ਲਈ ਗਈ। ਕੋਰੋਨਾ ਦੀ ਦੂਜੀ ਲਹਿਰ ਦੇ ਨਿਪਟਣ ਦੇ ਵਾਸਤੇ ਮੋਦੀ ਸਰਕਾਰ ਦੀ ਵਿਦੇਸ਼ੀ ਪਾਲਿਸੀ ਦੇ ਵਿੱਚ 3 ਵੱਡੇ ਬਦਲਾਅ ਹੋਏ। ਚਾਈਨਾ ਤੋਂ ਆਕਸੀਜਨ ਸੰਬੰਧੀ ਸਮਾਨ ਤੇ ਜਿਹੜੀਆਂ ਜੀਵਨ ਬਚਾਉਣ ਵਾਲੀਆਂ ਦਵਾਈਆਂ ਖਰੀਦਣ ਦੇ ਵਿੱਚ ਜਿਹੜਾ ਸਮਝੌਤਾ ਕੀਤਾ ਗਿਆ, ਪਾਕਿਸਤਾਨ ਤੋਂ ਮਦਦ ਲਈ ਜਾਵੇ ਜਾਂ ਨਾ ਇਹਦੇ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ, ਕੋਈ ਫੈਸਲਾ ਨਹੀਂ ਹੋਇਆ। ਸੰਭਾਵਨਾ ਘੱਟ ਹੈ ਕਿ ਮਦਦ ਉੱਥੋਂ ਲਈ ਨਹੀਂ ਜਾਊਗੀ ਕਿਉਂਕਿ ਧੌਣ ਚ ਕਿੱਲਾ। ਰਾਜ ਸਰਕਾਰ ਵਿਦੇਸ਼ਾਂ ਦੇ ਵਿੱਚੋਂ ਟੈਸਟਿੰਗ ਕਿੱਟ ਨੂੰ ਲੈ ਕੇ ਦਵਾਈਆਂ ਤੱਕ ਖਰੀਦ ਸਕਦੀ ਹੈ, ਨਾਲ ਹੀ ਕਿਸੇ ਵੀ ਤਰ੍ਹਾਂ ਦੀ ਮਦਦ ਲੈ ਸਕਦੀ ਹੈ। ਇਹਦੇ ਵਿੱਚ ਕੇਂਦਰ ਸਰਕਾਰ ਜਾਂ ਉਹਦੀ ਕੋਈ ਪਾਲਿਸੀ ਹੁਣ ਆੜੇ ਨਹੀਂ ਆਊਗੀ। ਇਹ ਪਾਲਿਸੀ ਇੱਕ ਬਹੁਤ ਵੱਡਾ ਬਦਲਾਅ ਆ।
ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਗਿਫਟ, ਡੋਨੇਸ਼ਨ ਤੇ ਬਾਕੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ। ਇਹ ਇੱਕ ਵੱਡਾ ਬਦਲਾਅ ਹੈ ਜਿਹੜਾ ਕਿ 2004 ਤੋਂ ਬਾਅਦ ਪਹਿਲੀ ਵਾਰੀ ਜਿਹੜਾ ਉਹ ਹੋ ਰਿਹਾ। ਪਿਛਲੇ ਸਾਲ ਸਰਹੱਦ ਦੇ ਉੱਤੇ ਹੋਈਆਂ ਝੜਪਾਂ ਤੋਂ ਬਾਅਦ ਭਾਰਤ ਨੇ ਚਾਈਨਾ ਦੇ ਨਾਲ ਕਈ ਡੀਲਸ ਰੱਦ ਕਰ ਦਿੱਤੀਆਂ ਸੀ, ਕਈ ਐਪਸ ਦੇ ਉੱਤੇ ਪਾਬੰਦੀਆਂ ਲਾਤੀਆਂ ਸੀ। ਇਦੋਂ ਬਾਅਦ ਉੱਥੋਂ ਸਮਾਨ ਖਰੀਦਣ ਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਸੀ। ਨਵੀਆਂ ਪਾਲਿਸੀਜ਼ ਦੇ ਤਹਿਤ ਆਕਸੀਜਨ ਦੇ ਨਾਲ ਜੁੜੀ ਹੋਈ ਜਿਹੜੀ ਮਸ਼ੀਨਰੀ ਆ ਉਹ ਖਰੀਦਣ ਦੇ ਉੱਤੇ ਕੇਂਦਰ ਨੇ ਮਨਜ਼ੂਰੀ ਦੇ ਦਿੱਤੀ ਆ। ਭਾਰਤ ਦੇ ਵਿੱਚ ਚੀਨੀ ਰਾਜਦੂਤ ਸੂਨ ਵਿਡੋਂਗ ਨੇ ਸੋਸ਼ਲ ਮੀਡੀਆ ਦੇ ਉੱਤੇ ਇਹਦੀ ਪੁਸ਼ਟੀ ਕੀਤੀ ਆ। ਇਹ ਕਿਹਾ ਕਿ ਚੀਨੀ ਮੈਡੀਕਲ ਸਪਲਾਇਰਸ ਭਾਰਤ ਦੇ ਵਿੱਚੋਂ ਮਿਲੇ ਆਰਡਰ ਨੂੰ ਪੂਰਾ ਕਰਨ ਦੇ ਵਾਸਤੇ ਓਵਰ ਟਾਈਮ ਕਰ ਰਿਹਾ ਹੈ ਤੇ ਘੱਟੋ ਘੱਟ 25,000 ਆਕਸੀਜਨ ਕੰਸਟਰੇਟਰਸ ਦੇ ਆਰਡਰ ਉਹਨਾਂ ਨੂੰ ਮਿਲੇ ਆ। ਕਾਰਗੋ ਪਲੇਨ ਮੈਡੀਕਲ ਸਪਲਾਈ ਲੈ ਕੇ ਉੱਡਣ ਵਾਲੇ ਆ। ਚੀਨੀ ਕਸਟਮ ਵੀ ਇਹਨਾਂ ਦੇ ਵਾਸਤੇ ਛੇਤੀ ਆਪਣੀਆਂ ਸਹੂਲਤਾਂ ਜਿਹੜੀਆਂ ਉਹ ਮੁਹੱਈਆ ਕਰਵਾਊਗਾ। ਆਤਮ ਨਿਰਭਰ ਜਿਹੜਾ ਸੀਗਾ ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲਾ ਸੀਗਾ ਜਾਂ ਮੌਜੂਦਾ, ਇਹ ਸਾਰੇ ਵਿਸਥਾਰ ਤੋਂ ਬਾਅਦ ਤੁਸੀਂ ਆਪ ਹੀ ਫੈਸਲਾ ਕਰ ਲੈਣਾ। ਜੀ, ਅੱਗੇ ਗੱਲ ਕਰਦੇ ਹਾਂ ਕਾਲਾ ਬਾਜ਼ਾਰੀ ਦੀ। ਇਹ ਸਿਖਰਾਂ ਤੇ ਆ ਤਾਂ ਦਿੱਲੀ ਹਾਈ ਕੋਰਟ ਨੇ ਵੀ ਸਖਤ ਟਿੱਪਣੀਆਂ ਕੀਤੀਆਂ। ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਜੀ ਉਹ ਬੇਸ਼ਰਮੀ ਦੀ ਹੱਦ ਤੱਕ ਜਿਹੜੀ ਉਹ ਡਿੱਗ ਪਈ ਹੋਈ ਹੈ। ਇੱਥੇ ਵਾਇਰਸ ਇਕੱਲੇ ਭਾਰਤ ਦੇ ਵਿੱਚ ਨੀਗਾ, ਕੋਰੋਨਾ ਇਕੱਲੇ ਭਾਰਤ ਦੇ ਵਿੱਚ ਨੀਗਾ, ਬੜੇ ਵੱਡੇ ਵੱਡੇ ਮੁਲਕ ਇਹਦੇ ਤੋਂ ਪ੍ਰਭਾਵਿਤ ਹੋਏ। ਪਿਛਲੇ ਸਾਲ ਦੁਨੀਆ ਭਰ ਦੇ ਵਿੱਚ ਆਪਾਂ ਦੇਖਿਆ ਇਟਲੀ ਦੇ ਕੀ ਹਾਲਾਤ ਬਣੇ, ਅਮਰੀਕਾ ਦੇ ਕੀ ਹਾਲਾਤ ਬਣੇ, ਪਰ ਕਿਸੇ ਜਗ੍ਹਾ ਤੋਂ ਇਦਾਂ ਦੀਆਂ ਖਬਰਾਂ ਨਹੀਂ ਆਈਆਂ ਕਿ ਉੱਥੇ ਕਾਲਾ ਬਾਜ਼ਾਰੀ ਜਿਹੜੀ ਆ ਲੋਕਾਂ ਨੇ ਲਾਸ਼ਾਂ ਦੇ ਉੱਤੇ ਰੋਟੀਆਂ ਸੇਕੀਆਂ ਹੋਣ। ਇੱਥੇ ਜਿਹੜੀ ਭਾਖੜਾ ਵਾਲੀ ਨਹਿਰ ਹੈ ਉਹਦੇ ਵਿੱਚੋਂ ਕੱਲ ਜਿਹੜੀ ਰੇਮਡੇਸਿਵਿਰ ਜਿਹੜੀ ਟੀਕੇ ਨੇ ਉਹਦੀ ਵੱਡੀ ਖੇਪ ਮਿਲੀ। ਇਸ ਤੋਂ ਇਲਾਵਾ ਕੁਝ ਹੋਰ ਦਵਾਈਆਂ ਮਿਲੀਆਂ। ਇਹਨਾਂ ਦੇ ਉੱਤੇ ਜਿਹੜੀ ਡੇਟ ਹੈ, ਮੈਨੂਫੈਕਚਰ ਡੇਟ ਹੈ, ਉਹ April 2021 ਦੀ ਹੈ, ਮਤਲਬ ਕਿ ਹੁਣ ਬਣੀਆਂ ਨੇ। ਇਹ ਨਹਿਰ ਚੋਂ ਕਿਉਂ ਮਿਲੀਆਂ? ਬਹੁਤ ਸਾਰੇ ਸਵਾਲ ਨੇ। ਅਜੇ ਇਹਦੀ ਜਾਂਚ ਪੁਲਿਸ ਕਰ ਰਹੀ ਹੈ ਕਿ ਅਸਲ 'ਚ ਇਹ ਨਕਲੀ ਨੇ, ਇਹ ਨਕਲੀ ਹੋਣਗੀਆਂ। ਛਾਪਾ ਪੈਣਾ ਹੋਊਗਾ, ਛਾਪੇ ਜਾਂ ਪੈ ਗਿਆ, ਛਾਪੇ ਤੋਂ ਡਰਦਿਆਂ ਇਹ ਸੁੱਟੀਆਂ ਗਈਆਂ ਨੇ। ਇਸ ਵੇਲੇ ਨਕਲੀ ਦਵਾਈਆਂ ਬਣ ਰਹੀਆਂ ਨੇ ਇੱਥੇ। ਜਿਹੜੀਆਂ ਇਹ ਮੈਡੀਸਨ ਨੇ, ਉਂਝ ਜਿਹੜਾ ਟੀਕਾ ਇਹਦੀ ਜਿਹੜੀ ਕੀਮਤ ਆ ਉਹ 3,000 ਰੁਪਇਆ। ਫੋਨ ਕਰਨ ਦੇ ਉੱਤੇ ਦਲਾਲ ਜਿਹੜੇ ਆ ਉਹ ਮਿਲ ਜਾਂਦੇ ਆ, ਉਹ ਫਿਰ ਕਿੰਨਾ ਰੇਟ ਮੰਗਦੇ ਆ ਇਹ ਨਿਰਭਰ ਕਰਦਾ ਤੁਹਾਡੀ ਲੋੜ ਦੇ ਉੱਤੇ। ਇਹ 25,000 ਰੁਪਈਏ ਤੋਂ ਲੈ ਕੇ 45,000 ਰੁਪਈਏ ਤੱਕ ਇੱਕ ਜਿਹੜਾ ਉਹ ਟੀਕਾ ਹੋ ਸਕਦਾ, ਜਿਹੜਾ ਕਿ ਇਹ ਬੂਸਟਰ ਦੇ ਵਾਸਤੇ ਲਾਇਆ ਜਾਂਦਾ ਕਿਸੇ ਵਿਅਕਤੀ ਨੂੰ। ਉਹ ਇਹ ਜਿਹੜਾ ਟੀਕਾ ਇਹ ਇੱਕ ਦੇ ਨਾਲ ਨਹੀਂ ਸਰਦਾ, 6 ਜਿਹੜੇ ਟੀਕਿਆਂ ਦਾ ਕੋਰਸ ਹੈ, ਰੋਜ਼ ਇੱਕ ਜਿਹੜਾ ਉਹ ਲੱਗਦਾ 6 ਦਿਨ ਦੇ ਵਾਸਤੇ। ਤੁਸੀਂ ਅੰਦਾਜ਼ਾ ਲਾਓ ਜੇ 25,000 ਦੇ ਨਾਲ ਵੀ ਕਿਸੇ ਨੇ ਜਿਹੜਾ ਉਹ ਖਰੀਦਿਆ 6 ਦਿਨ ਦੇ ਵਾਸਤੇ, ਤੇ ਉਹ 1,50,000 ਰੁਪਈਏ ਦੇ ਟੀਕੇ ਜਿਹੜੇ ਉਹ ਹੋ ਗਏ। ਇਹ ਭਾਰਤ ਦੇ ਵਿੱਚ ਹੋ ਰਿਹਾ। ਆਕਸੀਜਨ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਉਹਦੀ ਕਾਲਾ ਬਾਜ਼ਾਰੀ ਜਿਹੜੀ ਉਹ ਚੱਲ ਰਹੀ ਹੈ। ਸ਼ਰਮ ਆਉਂਦੀ ਹੈ ਇਹ ਚੀਜ਼ਾਂ ਜਿਹੜੀਆਂ ਦੱਸਦਿਆਂ ਹੋਇਆ ਕਿ ਇੱਥੇ ਕਿਹੋ ਜਿਹੇ ਹਾਲਾਤ ਇਹਨਾਂ ਕਾਲਾ ਬਾਜ਼ਾਰੀ ਵਾਲਿਆਂ ਨੇ ਜਿਹੜੇ ਉਹ ਬਣਾ ਦਿੱਤੇ ਹੋਏ ਆ। ਇਹ ਲੋਕ ਇੰਨੇ ਬੇਸ਼ਰਮ ਨੇ ਜਿਹੜੇ ਇਹ ਨਹੀਂ ਸੋਚ ਰਹੇ ਕਿ ਜਿਹੜੀ ਮਹਾਮਾਰੀ ਹੈ ਉਹਨੇ ਨਾ ਅਮੀਰ ਵੇਖਣਾ ਨਾ ਗਰੀਬ ਵੇਖਣਾ, ਨਾ ਉਹਨਾਂ ਨੇ ਕੋਈ ਇਹੋ ਜਿਹਾ ਕਵਚ ਪਾਇਆ ਹੋਇਆ ਵੀ ਉਹਨਾਂ ਦੇ ਘਰਦਿਆਂ ਨੂੰ ਇਹ ਬਿਮਾਰੀ ਜਿਹੜੀ ਉਹ ਲੱਗਣੀ ਨਹੀਂ, ਪਰ ਉਹ ਪੈਸੇ ਬਣਾ ਲੈਣਾ ਚਾਹੁੰਦੇ ਆ। ਦਿੱਲੀ ਦੀ ਹਾਈ ਕੋਰਟ ਨੇ ਵੀ ਇਹਦੇ ਉੱਤੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਨੇ। ਆਕਸੀਜਨ ਸਿਲੰਡਰ ਦਵਾਈ, ਆਕਸੀਜਨ ਕੰਸਟਰੇਟਰ ਤੇ ਇਹ ਜਿਹੜੀ ਕਾਲਾ ਬਾਜ਼ਾਰੀ ਆ ਇਹ ਤੋਂ ਦਿੱਲੀ ਦੀ ਹਾਈ ਕੋਰਟ ਬਹੁਤ ਖਫਾ ਦੀ ਸੀ। ਹਾਈ ਕੋਰਟ ਨੇ ਇੱਥੋਂ ਤੱਕ ਕਹਿਤਾ ਕਿ ਲੋਕਾਂ ਦੇ ਵਿੱਚ ਇਨਸਾਨੀਅਤ ਦੀ ਕਾਫੀ ਹੱਦ ਤੱਕ ਖਤਮ ਹੋ ਚੁੱਕੀ ਹੈ ਜਿਹੜੇ ਅਜੇ ਵੀ ਕਾਲਾ ਬਾਜ਼ਾਰੀ ਦੇ ਵਿੱਚ ਲੱਗੇ ਹੋਏ ਆ। ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਇਹ ਗੱਲ ਕਹੀ ਕਿ ਲੋਕ ਅਜੇ ਵੀ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ, ਇਸੇ ਵਜ੍ਹਾ ਕਰਕੇ ਅਸੀਂ ਜਿਹੜਾ ਉਹ ਨਾਲ ਨਹੀਂ ਆ ਰਹੇ। ਇਹ ਕਾਰਨ ਹੈ ਕਿ ਅਸੀਂ ਜਮਾਖੋਰੀ ਤੇ ਕਾਲਾ ਬਾਜ਼ਾਰੀ ਵਰਗੀਆਂ ਚੀਜ਼ਾਂ ਵੇਖ ਰਹੇ ਹਾਂ। ਕੋਰਟ ਦੀ ਇਹ ਟਿੱਪਣੀ ਮੈਡੀਕਲ ਸਟਾਫ, ਦਵਾਈਆਂ, ਮੈਡੀਕਲ ਸਮਾਨ, ਬੈੱਡਾਂ ਦੀ ਕਮੀ ਦੇ ਉੱਤੇ ਸੁਣਵਾਈ ਦੇ ਦੌਰਾਨ ਆਈ। ਕੋਰਟ ਨੇ ਇੱਕ ਵਕੀਲ ਨੇ ਸੁਝਾਅ ਦਿੱਤਾ ਕਿ ਇਸ ਮੌਕੇ ਦੇ ਉੱਤੇ ਰਿਟਾਇਰਡ ਮੈਡੀਕਲ ਪ੍ਰੋਫੈਸ਼ਨਲ, ਡਾਕਟਰੀ ਤੇ ਨਰਸਿੰਗ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਲੈ ਕੇ ਮੈਨ ਪਾਵਰ ਦੀ ਕਮੀ ਜਿਹੜੀ ਆ ਉਹ ਪੂਰੀ ਕੀਤੀ ਜਾ ਸਕਦੀ ਹੈ। ਇਸ ਮਾਮਲੇ ਦੇ ਵਿੱਚ ਐਮਐਕਸ ਕਿਊਰੀ ਬਣਾਏ ਜਾਣ ਦੇ ਉੱਤੇ ਇੱਕ ਸੀਨੀਅਰ ਵਕੀਲ ਨੇ ਇਹ ਗੱਲ ਕਹੀ ਕਿ ਸਿਰਫ ਇਨਫਰਾਸਟ੍ਰਕਚਰ ਕਾਫੀ ਨਹੀਂ ਹੈ, ਇਹਦੇ ਵਾਸਤੇ ਲੋਕਾਂ ਦੀ ਵੀ ਜ਼ਰੂਰਤ ਹੋਊਗੀ।
ਮੁੱਠੀ ਭਰ ਲੋਕ ਜਿਹੜੇ ਆ ਉਹ ਸਾਰੇ ਫੈਸਲੇ ਲੈ ਰਹੇ ਆ। ਗਰਾਊਂਡ ਲੈਵਲ ਦੇ ਉੱਤੇ ਜ਼ਿਆਦਾ ਲੋਕਾਂ ਨੂੰ ਲਿਆਉਣ ਦੀ ਜ਼ਰੂਰਤ ਹੈ ਤਾਂ ਕਿ ਫੈਸਲਾ ਲੈਣ ਵਾਲਿਆਂ ਦੇ ਉੱਤੇ ਕੁਝ ਬੋਝ ਜਿਹੜਾ ਉਹ ਘੱਟ ਹੋ ਸਕੇ। ਇੱਕ ਵਕੀਲ ਜਿਹੜਾ ਸੀਗਾ ਜੀ, ਉਹ ਜਿਹੜਾ ਕਿ ਹੁਣੇ ਕਰੋਨਾ ਤੋਂ ਰਿਕਵਰ ਹੋਇਆ, ਉਹਨੇ ਇਹ ਵੀ ਸੁਝਾਅ ਜਿਹੜਾ ਉਹ ਦਿੱਤਾ ਕਿ ਜਿਹੜੇ ਇਹ ਤੋਂ ਰਿਕਵਰ ਹੋ ਰਹੇ ਨੇ ਉਹਨਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੇ ਵਾਸਤੇ ਅਦਾਲਤਾਂ ਦੇ ਵੱਲੋਂ ਜਿਹੜੇ ਉਹ ਹੁਕਮ ਜਾਰੀ ਹੋਣ। ਹਾਲਾਂਕਿ ਇਹਦੇ ਵਿੱਚ ਕਿਉਂਕਿ ਉਹਨੇ ਐਕਸਕਿਊਜ਼ ਇਹ ਦਿੱਤਾ ਕਿ ਜਿਹੜੇ ਲੋਕ ਪਲਾਜ਼ਮਾ ਵੀ ਦੇ ਰਹੇ ਆ ਉਹ ਵੀ ਮੋਟੀਆਂ ਰਕਮਾਂ ਲੈ ਰਹੇ ਆ, ਪਰ ਅਦਾਲਤ ਨੇ ਇਹ ਗੱਲ ਕਹੀ ਕਿ ਇਹ ਚੀਜ਼ਾਂ ਕੰਪਲਸਰੀ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਜਿਹੜੀ ਬਲੱਡ ਡੋਨੇਸ਼ਨ ਹੈ ਜਾਂ ਪਲਾਜ਼ਮਾ ਡੋਨੇਟ ਕਰਨਾ ਇਹ ਤਾਂ ਲੋਕਾਂ ਦੇ ਆਪ ਮਨਾਂ ਦੇ ਵਿੱਚ ਆਵੇ ਤੇ ਤਾਂ ਹੈ ਨਾ। ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਪੂਰੇ ਦੇ ਪੂਰੇ ਟੱਬਰ ਪਏ ਨੇ, ਉਹਨਾਂ ਨੂੰ ਕੋਈ ਰੋਟੀ ਪਾਣੀ ਦੇਣ ਵਾਲਾ ਨਹੀਂ। ਇਹ ਨਹੀਂ ਹੈਗਾ ਕਿ ਬਿਲਕੁਲ ਹੀ ਸਾਰਾ ਕੁਝ ਮਰ ਗਿਆ ਹੋਇਆ, ਕੁਝ ਲੋਕ ਹੈਗੇ ਆ ਜਿਹੜੇ ਕਿ ਕੋਸ਼ਿਸ਼ ਕਰ ਰਹੇ ਆ, ਪਰ ਸਵਾਲ ਇੱਥੇ ਵੀ ਉਹੋ ਜਿਹੇ ਪੈਦਾ ਹੋ ਗਏ ਸ਼ਹਿਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਆ ਕਿ ਗੁਆਂਢੀਆਂ ਨੂੰ ਕੋਈ ਜਾਣਦਾ ਨਹੀਂ ਕਿ ਗੁਆਂਢੀ ਨੂੰ ਕੀ ਹੋਇਆ ਹੋਇਆ। ਇਸ ਕਰਕੇ ਸਭ ਤੋਂ ਵੱਡੀ ਮੁਸ਼ਕਲ ਦੇ ਵਿੱਚ ਉਹ ਨੇ, ਔਰ ਦੂਜੀ ਮੁਸ਼ਕਲ ਦੇ ਵਿੱਚ ਉਹ ਨੇ ਜਿਨ੍ਹਾਂ ਦੇ ਇੱਕ ਤੋਂ ਵੱਧ ਜਿਹੜੇ ਘਰ ਦੇ ਮੈਂਬਰ ਨੇ ਉਹ ਇਸ ਵਾਇਰਸ ਦਾ ਸ਼ਿਕਾਰ ਹੋ ਗਏ, ਤੇ ਅੱਗੋਂ ਦਵਾਈਆਂ ਦੇ ਵਾਸਤੇ ਜਿਹੜੇ ਲੋਕ ਫੋਨ ਦੇ ਉੱਤੇ ਮਿਲਦੇ ਨੇ ਉਹ ਇੰਨੇ ਮੋਟੇ ਪੈਸੇ ਮੰਗਦੇ ਆ ਕਿ ਜਿਹਨਾਂ ਨੂੰ ਇਹ ਵਾਇਰਸ ਨਹੀਂ ਹੋਇਆ ਉਹਨਾਂ ਨੂੰ ਵਿਚਾਰਿਆਂ ਨੂੰ ਝਟਕਾ ਹੀ ਇੰਨਾ ਕੁ ਲੱਗਦਾ ਕਿ ਇੰਨੇ ਪੈਸੇ ਉਹ ਕਿੱਥੋਂ ਲੈ ਕੇ ਆਉਣਗੇ, ਤੋਂ ਉਹ ਉਹਦੇ ਨਾਲ ਇੱਕ ਸਟ੍ਰੈਸ ਦੇ ਨਾਲ ਬਿਮਾਰ ਹੋ ਰਹੇ ਆ। ਬਿਲਕੁਲ ਜੀ, ਹੁਣ ਤਾਂ ਪੂਰੀ ਦੁਨੀਆ ਨੂੰ ਦੱਸਣ ਦੀ ਵੀ ਲੋੜ ਨਹੀਂ ਗੀ ਵੀ ਕਾਲਾ ਬਜ਼ਾਰੀ ਆ, ਮਨੁੱਖਤਾ ਨਾਂ ਦੀ ਚੀਜ਼ ਆ, ਇਹਨਾਂ ਲੋਕਾਂ ਦੇ ਵਿੱਚ ਇਨਸਾਨੀਅਤ ਹੈ ਹੀ ਨਹੀਂ ਗੀ, ਇਹ ਹੁਣ ਪਤਾ ਲੱਗ ਚੁੱਕਾ ਹੈ। ਵੈਸੇ ਧਾਰਮਿਕ ਦੇਸ਼ ਹੈ ਇੱਕ। ਅੱਗੇ ਗੱਲ ਕਰਦੇ ਹਾਂ, ਪੰਜਾਬ 'ਚ ਹੁਣ ਤੱਕ ਜਾਨਾਂ ਗਵਾਉਣ ਵਾਲਿਆਂ ਦੀ ਗਿਣਤੀ 10,000 ਨੂੰ ਵੀ ਟੱਪੀ। ਬਿਲਕੁਲ ਜੀ, 19 ਮਾਰਚ ਤੋਂ ਪੰਜਾਬ ਦੇ ਵਿੱਚ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀਗਾ ਪਿਛਲੇ ਵਰੇ। 413 ਦਿਨ ਤੋਂ ਬਾਅਦ 10,000 ਦਾ ਅੰਕੜਾ ਜਿਹੜਾ ਜੀ ਇਹ ਪਾਰ ਕਰ ਗਈ ਆ, ਔਰ 3.2 ਦੀ ਮੌਤ ਰੇਸ਼ੋ ਦੇ ਨਾਲ ਪੂਰਾ ਸਾਲ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਉੱਪਰ ਰਿਹਾ। ਸੂਬੇ ਦੇ ਵਿੱਚ ਸਭ ਤੋਂ ਜ਼ਿਆਦਾ 2.4 ਮੌਤ ਦਰ ਹੈ ਜਿਹੜੀ ਕਿ ਦੇਸ਼ ਦੇ ਵਿੱਚੋਂ ਸਭ ਤੋਂ ਜ਼ਿਆਦਾ। ਪੰਜਾਬ ਦੇਸ਼ ਦਾ 7ਵਾਂ ਰਾਜ ਹੋ ਗਿਆ ਜਿੱਥੇ ਕਿ ਇਸ ਵਾਇਰਸ ਦੇ ਨਾਲ ਜਾਨਾਂ ਗਵਾਉਣ ਵਾਲਿਆਂ ਦੀ ਗਿਣਤੀ 10,000 ਦਾ ਅੰਕੜਾ ਪਾਰ ਕਰ ਗਈ ਆ। 24 ਘੰਟਿਆਂ ਦੇ ਵਿੱਚ 156 ਮੌਤਾਂ ਹੋਰ ਹੋਈਆਂ, ਜਿਹਦੇ ਨਾਲ ਇਸ ਵਾਇਰਸ ਦੇ ਨਾਲ ਦਮ ਤੋੜਨ ਵਾਲੇ ਮਰੀਜ਼ਾਂ ਦਾ ਅੰਕੜਾ 10,003 ਹੋ ਗਿਆ। ਸਭ ਤੋਂ ਜ਼ਿਆਦਾ 25 ਮੌਤਾਂ ਅੰਮ੍ਰਿਤਸਰ ਦੇ ਵਿੱਚ ਹੋਈਆਂ 24 ਘੰਟਿਆਂ 'ਚ, 19 ਮਰੀਜ਼ਾਂ ਦੀ ਮੌਤ ਲੁਧਿਆਣੇ ਦੇ ਵਿੱਚ, 15 ਦੀ ਮੌਤ ਪਟਿਆਲੇ ਦੇ ਵਿੱਚ ਹੋਈ। ਸੂਬੇ ਦੇ ਵਿੱਚ ਮੌਤ ਦਰ ਜਿਹੜੀ ਆ 2.4% ਦੇ ਨਾਲ ਦੇਸ਼ ਦੇ ਸਭ ਤੋਂ ਉੱਚੀ ਬਣੀ ਹੋਈ ਆ। 24 ਘੰਟਿਆਂ ਦੇ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ 2828 ਮਾਮਲੇ ਸਾਹਮਣੇ ਆਏ ਆ। 1,257 ਪੋਜ਼ਿਟਿਵ ਮਰੀਜ਼ ਲੁਧਿਆਣਾ ਤੋਂ ਮਿਲੇ ਆ, ਜਦੋਂ ਕਿ ਕੁੱਲ ਗਿਣਤੀ ਜਿਹੜੀ ਆ ਪੰਜਾਬ ਦੇ ਵਿੱਚ 4,14,839 ਹੋ ਗਈ ਆ। ਸੂਬੇ ਦੇ ਵਿੱਚ ਜਿਹੜੀ ਐਕਟਿਵ ਕੇਸਾਂ ਦੀ ਦਰ ਹੈ ਉਹ ਵੱਧ ਕੇ 16% ਹੋ ਗਈ ਆ। ਆਕਸੀਜਨ ਸਪੋਰਟ ਦੇ ਉੱਤੇ 8,728 ਮਰੀਜ਼ ਨੇ, ਪਿਛਲੇ 24 ਘੰਟਿਆਂ ਦੇ ਵਿੱਚ 5,126 ਮਰੀਜ਼ ਠੀਕ ਹੋਏ ਆ। ਜਿਹੜੇ ਔਰ ਸੂਬੇ ਦੇ ਵਿੱਚ ਰਿਕਵਰੀ ਦਰ ਜਿਹੜੀ ਆ ਉਹ 81.2 ਦੇ ਹੇਠਲੇ ਪੱਧਰ ਦੇ ਉੱਤੇ ਆ ਗਈ ਆ। ਹਸਪਤਾਲਾਂ ਦੇ ਵਿੱਚ ਇਲਾਜ ਕਰਵਾ ਰਹੇ ਮਰੀਜ਼ ਜਿਹੜੇ ਆ ਉਹ ਸੂਬੇ ਦੇ ਵਾਸਤੇ ਇੱਕ ਵੱਡਾ ਸਿਰਦਰਦ ਬਣੇ ਹੋਏ ਆ। ਇਹ ਅੰਕੜਾ 75,000 ਤੋਂ ਪਾਰ ਹੋ ਗਿਆ। ਇਸ ਵੇਲੇ ਸਭ ਤੋਂ ਜ਼ਿਆਦਾ 11,013 ਮਰੀਜ਼ ਲੁਧਿਆਣਾ ਦੇ ਹਸਪੀਟਲਾਂ ਦੇ ਵਿੱਚ ਦਾਖਲ ਨੇ। ਕੁੱਲ ਭਰਤੀ ਮਰੀਜ਼ਾਂ ਦੇ ਵਿੱਚੋਂ 50% ਸਿਰਫ ਲੁਧਿਆਣਾ, ਜਲੰਧਰ, ਮੋਹਾਲੀ, ਪਟਿਆਲਾ, ਅੰਮ੍ਰਿਤਸਰ ਤੇ ਬਠਿੰਡਾ ਦੇ ਵਿੱਚ ਨੇ, ਔਰ ਜਿਹੜੇ 50% ਮੌਤਾਂ ਜਿਹੜੀਆਂ ਹੋਈਆਂ ਨੇ ਉਹ ਲੁਧਿਆਣੇ ਦੇ ਵਿੱਚ 1,198, ਜਲੰਧਰ 'ਚ 1,134, ਅੰਮ੍ਰਿਤਸਰ ਦੇ ਵਿੱਚ 1,057, ਪਟਿਆਲੇ 'ਚ 858, ਹੁਸ਼ਿਆਰਪੁਰ ਦੇ ਵਿੱਚ 767 ਜਿਹੜੀਆਂ ਉਹ ਹੈ ਨੇ। ਜਿਹੜਾ ਜਿਹੜੇ ਢਾਂਚੇ ਦੀ ਗੱਲ ਜਿਹੜੀ ਉਹ ਕੀਤੀ ਜਾਂਦੀ ਆ ਉਹ ਕੰਪਲੀਟ ਇਸ ਵੇਲੇ ਨੰਗਾ ਹੋ ਗਿਆ, ਉਹ ਸਾਰੇ ਸੂਬਿਆਂ ਦਾ ਨੰਗਾ ਹੋ ਗਿਆ, ਪੰਜਾਬ ਦਾ ਵੀ ਨੰਗਾ ਹੋ ਗਿਆ। ਪੰਜਾਬ ਦੇ ਵਿੱਚ ਦਾਅਵੇ ਬਹੁਤ ਕੀਤੇ ਜਾਂਦੇ ਸੀਗੇ, ਖਾਸ ਤੌਰ ਦੇ ਉੱਤੇ ਕੰਪੈਰੀਜ਼ਨ ਇਹਨਾਂ ਸੂਬਿਆਂ ਦੇ ਨਾਲ ਕੀਤਾ ਜਾਂਦਾ ਸੀ ਜਿਹੜੇ ਹੈਲਥ ਸਿਸਟਮ ਦੇ ਵਿੱਚ ਬਹੁਤ ਐਡਵਾਂਸ ਨੇ, ਜਿਨ੍ਹਾਂ ਦੇ ਵਿੱਚ ਕੇਰਲਾ ਤੇ ਸੈਕੰਡ ਦਿੱਲੀ ਹੈ। ਪਰ ਇਹ ਠੀਕ ਹੈ ਕਿ ਉਹਨਾਂ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਦਿੱਲੀ ਵੀ ਬੁਰੇ ਤਰੀਕੇ ਦੇ ਨਾਲ ਇਸ ਵੇਲੇ ਫਸਿਆ ਹੋਇਆ, ਪਰ ਫਿਰ ਵੀ ਜਿੰਨੇ ਉਹ ਐਕਟਿਵ ਨੇ ਜਿਸ ਤਰੀਕੇ ਦੇ ਨਾਲ ਉਹ ਇਸ ਸਾਰੀ ਸਮੱਸਿਆ ਦੇ ਨਾਲ ਜੂਝ ਰਹੇ ਨੇ, ਸਾਡੇ ਇੱਥੇ ਸਮੱਸਿਆ ਜਿਹੜੀ ਵੱਡੀ ਇਹ ਆ ਰਹੀ ਆ
ਨਾ ਮੁੱਖ ਮੰਤਰੀ ਨਾ ਮੰਤਰੀ, ਉਹ ਕਿਤੇ ਬਾਹਰ ਨਹੀਂ ਦਿਸ ਰਹੇ, ਉਹ ਕਿਸੇ ਜਗ੍ਹਾ ਦੇ ਉੱਤੇ ਨਹੀਂ ਦਿਸ ਰਹੇ, ਸਾਰੀਆਂ ਸਿਰਫ ਔਰ ਸਿਰਫ ਵਰਚੁਅਲ ਮੀਟਿੰਗਸ ਜਿਹੜੀਆਂ ਉਹ ਚੱਲ ਰਹੀਆਂ ਨੇ। ਕਿਸੇ ਹਸਪੀਟਲ ਦੇ ਵਿੱਚ ਕੋਈ ਵਿਜ਼ਿਟ ਨਹੀਂ ਹੈਗਾ, ਨਾ ਇਹ ਜਿਹੜਾ ਢਾਂਚਾ ਉਹਨੂੰ ਵਧਾਉਣ ਦੇ ਯਤਨ ਨੇ, ਨਾ ਜਿਹੜੀ ਦੂਜੇ ਨੇ ਉਹਨਾਂ ਤੋਂ ਕੋਈ ਮਦਦ ਲੈਣ ਦੇ ਯਤਨ ਨੇ। ਕਿਉਂਕਿ ਇਸ ਵੇਲੇ ਜੇ ਦੇਖਿਆ ਜਾਵੇ ਜਿਹੜੇ ਧਾਰਮਿਕ ਸਥਾਨ ਨੇ, ਉਹ ਮੰਦਿਰ ਨੇ, ਗੁਰਦੁਆਰੇ ਨੇ, ਚਰਚ ਨੇ, ਮਸਜਿਦਾਂ ਨੇ, ਜਿੰਨੀਆਂ ਵੀ, ਜੇ ਸਰਕਾਰ ਉਹਨਾਂ ਤੱਕ ਅਪਰੋਚ ਕਰੇ ਡਾਇਰੈਕਟਲੀ, ਉਹਨਾਂ ਨੂੰ ਕੋਵਿਡ ਸੈਂਟਰਾਂ ਦੇ ਵਿੱਚ ਤਬਦੀਲ ਕੀਤਾ ਜਾਵੇ, ਨਹੀਂ ਤਾਂ ਅਦਰਵਾਈਜ਼ ਇਹ ਧਾਰਮਿਕ ਸਥਾਨ ਜਿਹੜੇ ਉਹ ਇੱਥੇ ਹੀ ਖੜੇ ਰਹਿ ਜਾਣੇ, ਲੋਕਾਂ ਦੇ ਜੋ ਹਾਲਾਤ ਬਣਦੇ ਤੁਰੇ ਜਾ ਰਹੇ ਨੇ। ਪਿਛਲੇ ਵਾਰੇ ਸਰਕਾਰ ਨੇ ਕੁਝ ਕੋਸ਼ਿਸ਼ਾਂ ਕੀਤੀਆਂ ਸੀ ਕੋਵਿਡ ਸੈਂਟਰ ਬਣਾਉਣ ਦੇ ਵਾਸਤੇ, ਇਸ ਵਾਰੀ ਉਹਨਾਂ ਦੇ ਵਿੱਚੋਂ ਕੋਈ ਕੋਸ਼ਿਸ਼ ਜਿਹੜੀ ਆ ਉਹ ਨਹੀਂ ਹੋ ਰਹੀ। ਪਤਾ ਨਹੀਂ ਸਰਕਾਰ ਕਿਹੜੇ ਸਿਰਹਾਣੇ ਹੇਠ ਬਾਂਹ ਦੇ ਕੇ ਜਿਹੜੀ ਉਹ ਸੁੱਤੀ ਹੋਈ ਆ, ਉਹਨੂੰ ਇਉਂ ਲੱਗਦਾ ਕਿ ਜਿਵੇਂ ਪਿਛਲੇ ਸਾਲ ਸਾਰਾ ਕੁਝ ਠੀਕ ਹੋ ਗਿਆ ਸੀ, ਹੁਣ ਵੀ ਇਦਾਂ ਹੀ ਹੋ ਜਾਊਗਾ। ਇਹਨੇ ਸਰਕਾਰ ਦਾ ਤੇ ਇਧਰ ਨੂੰ ਕੋਈ ਖਿਆਲ ਨਹੀਂ ਹੈਗਾ। ਅੱਗੇ ਗੱਲ ਕਰਦੇ ਹੈਗੇ ਆ, ਸੁਪਰੀਮ ਕੋਰਟ ਨੇ ਵੀ ਜਿਹੜਾ ਚੋਣ ਕਮਿਸ਼ਨ ਹੈ ਉਸ ਦੀ ਅਰਜੀ ਨਹੀਂ ਮੰਨੀ। ਦੇਖੋ ਜਿਹੜੇ ਇਹ ਸੁਣਵਾਈ ਚੱਲ ਰਹੀ ਹੈ ਜਿਹਦੇ ਵਿੱਚ ਇਹ ਚੋਣ ਕਮਿਸ਼ਨ ਲਗਾਤਾਰ ਦਬਾਅ ਪਾ ਰਿਹਾ, ਕਿਉਂਕਿ ਮਦਰਾਸ ਹਾਈ ਕੋਰਟ ਨੇ ਜਿਹੜੀਆਂ ਬੇਸ਼ੱਕ ਵਰਬਲੀ ਟਿੱਪਣੀਆਂ ਕੀਤੀਆਂ ਸੀਗੀਆਂ, ਪਰ ਉਹ ਬੜੀ ਵੱਡੀ ਮੁਸ਼ਕਲ ਬਣ ਰਹੀਆਂ ਨੇ ਚੋਣ ਕਮਿਸ਼ਨ ਦੇ ਵਾਸਤੇ। ਕੱਲ ਗੱਲ ਕੀਤੀ ਸੀਗੀ ਕਿ 2000 ਚੋਣਾਂ ਦੇ ਵਿੱਚ ਲੱਗੇ ਹੋਏ ਜਿਹੜੇ ਵਰਕਰ ਸੀਗੇ ਸਰਕਾਰੀ, ਉਹਨਾਂ ਦੀ ਮੌਤ ਹੋ ਗਈ ਉੱਤਰ ਪ੍ਰਦੇਸ਼ ਦੇ ਵਿੱਚ, ਔਰ ਇਹਦੇ ਵਿੱਚ 1000 ਤੋਂ ਉੱਪਰ ਟੀਚਰ ਨੇ ਇਕੱਲੇ। ਹੁਣ ਜਦੋਂ ਇਹਨਾਂ ਦੇ ਪਰਿਵਾਰਾਂ ਵਾਲੇ ਪਹੁੰਚ ਕਰ ਰਹੇ ਆ ਪੁਲਿਸ ਤੱਕ, ਤਾਂ ਉਹ ਮਦਰਾਸ ਹਾਈ ਕੋਰਟ ਦੇ ਵੱਲੋਂ ਕੀਤੀਆਂ ਹੋਈਆਂ ਟਿੱਪਣੀਆਂ ਨਾਲ ਅਟੈਚ ਕਰ ਰਹੇ ਆ ਵੀ ਆ ਪੜ੍ਹੋ ਵੀ ਚੋਣਾਂ ਰੋਕੀਆਂ ਜਾ ਸਕਦੀਆਂ ਸੀ, ਨਹੀਂ ਰੁਕੀਆਂ, ਤੇ ਇਹ ਇਹਨਾਂ ਨੂੰ ਕਿਉਂ ਨਾ ਜਿਹੜਾ ਜੀ ਹਥਿਆਰਾ ਡਿਕਲੇਅਰ ਕੀਤਾ ਜਾਵੇ, ਮਤਲਬ ਕਿ ਕਾਤਲ ਨੇ, ਇਹਦੇ ਤੋਂ ਉਹ ਭੱਜ ਰਹੇ ਆ। ਚੋਣ ਕਮਿਸ਼ਨ ਇਹ ਸਮਝਦਾ ਹੈ ਕਿ ਉਹਦੇ ਉੱਤੇ ਕੇਸ ਇੰਨੇ ਕੋ ਜਾਣੇ ਆ ਉਹਨਾਂ ਦੇ ਅਫਸਰਾਂ ਦੇ ਉੱਤੇ, ਕਿ ਉਹ ਕਿਵੇਂ ਇਹਦੇ ਤੋਂ ਬਚਣਗੇ, ਤਾਂ ਕਰਕੇ ਉਹ ਕਢਵਾਉਣ ਦੇ ਚੱਕਰਾਂ ਦੇ ਵਿੱਚ ਹੈ। ਮਦਰਾਸ ਹਾਈ ਕੋਰਟ ਗਿਆ, ਉਹਨਾਂ ਨੇ ਕਹਿਤਾ ਨਹੀਂ, ਮੁੜ ਕੇ ਇਹ ਸੁਪਰੀਮ ਕੋਰਟ ਦੇ ਵਿੱਚ ਆ ਗਏ। ਸੁਪਰੀਮ ਕੋਰਟ ਨੇ ਜਿਹੜੀਆਂ ਮੌਤਾਂ ਇਹ ਚੋਣਾਂ ਦੇ ਦੌਰਾਨ ਹੋਈਆਂ ਨੇ, ਜਿਹੜਾ ਇਹ ਅਮਲਾ ਸੀਗਾ ਉਹਦੀਆਂ, ਉਸ ਮਸਲੇ ਦੇ ਉੱਤੇ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਹਟਾਉਣ ਤੋਂ ਨਾ ਕਰਤੀ, ਨਾਲ ਹੀ ਮੀਡੀਆ ਨੂੰ ਕਾਨੂੰਨੀ ਕਾਰਵਾਈ ਦੇ ਦੌਰਾਨ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਦੀ ਰਿਪੋਰਟਿੰਗ ਕਰਨ ਤੋਂ ਰੋਕਣ ਸੰਬੰਧੀ ਅਪੀਲ ਵੀ ਰੱਦ ਕਰ ਦਿੱਤੀ। ਅਦਾਲਤ ਨੇ ਇਹ ਗੱਲ ਕਹੀ ਕਿ ਇਹ ਇੱਕ ਪਛਾਂ ਖਿੱਚੂ ਕਦਮ ਹੋਊਗਾ। ਜਸਟਿਸ ਡੀ ਵਾਈ ਚੰਦਰਚੂੜ ਤੇ ਜਸਟਿਸ ਐਮ ਆਰ ਸ਼ਾਹ ਦੇ ਬੈਂਚ ਨੇ ਹਾਲਾਂਕਿ ਇਹ ਮੰਨਿਆ ਕਿ ਹਾਈ ਕੋਰਟ ਦੀਆਂ ਟਿੱਪਣੀਆਂ ਸਖਤ ਸੀਗੀਆਂ, ਪਰ ਉਹਨਾਂ ਟਿੱਪਣੀਆਂ ਨੂੰ ਹਟਾਉਣ ਤੋਂ ਨਾ ਕਰਦਿਆਂ ਇਹ ਗੱਲ ਕਹੀ ਕਿ ਇਹ ਇੱਕ ਨਿਆਇਕ ਹੁਕਮ ਦਾ ਹਿੱਸਾ ਨਹੀਂ ਸੀ। ਬੈਂਚ ਨੇ ਇਹ ਵੀ ਕਿਹਾ ਕਿ ਮੀਡੀਆ ਨੂੰ ਅਦਾਲਤ ਦੀ ਕਾਰਵਾਈ ਦੀ ਰਿਪੋਰਟਿੰਗ ਕਰਨ ਦਾ ਅਧਿਕਾਰ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਬਿਨਾਂ ਸੋਚੇ ਸਮਝੇ ਕੀਤੀਆਂ ਗਈਆਂ ਟਿੱਪਣੀਆਂ ਦੀ ਗਲਤ ਵਿਆਖਿਆ ਕੀਤੇ ਜਾਣ ਦਾ ਖਦਸ਼ਾ ਜਿਹੜਾ ਉਹ ਹੁੰਦਾ। ਔਰ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕੋਵਿਡ-19 ਦੇ ਦੌਰਾਨ ਜਿਹੜਾ ਹਾਈ ਕੋਰਟਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਤੇ ਮਹਾਮਾਰੀ ਪ੍ਰਬੰਧਨ ਦੇ ਉੱਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਹਾਈ ਕੋਰਟਾਂ ਨਿਗਾਹ ਰੱਖ ਰਹੀਆਂ ਨੇ। ਬੈਂਚ ਨੇ ਇਹ ਕਿਹਾ ਕਿ ਮੀਡੀਆ ਨੂੰ ਸੁਣਵਾਈ ਦੇ ਦੌਰਾਨ ਕੀਤੀਆਂ ਟਿੱਪਣੀਆਂ ਦੀ ਰਿਪੋਰਟਿੰਗ ਕਰਨ ਤੋਂ ਰੋਕਿਆ ਹੀ ਨਹੀਂ ਜਾ ਸਕਦਾ, ਔਰ ਸੁਪਰੀਮ ਕੋਰਟ ਨੇ ਇੱਥੋਂ ਤੱਕ ਵੀ ਕਹਿਤਾ ਕਿ ਹਾਈ ਕੋਰਟਾਂ ਨੂੰ ਟਿੱਪਣੀਆਂ ਕਰਨ ਤੇ ਮੀਡੀਆ ਨੂੰ ਅਦਾਲਤੀ ਟਿੱਪਣੀਆਂ ਦੀ ਰਿਪੋਰਟਿੰਗ ਕਰਨ ਤੋਂ ਰੋਕਣਾ ਪਛਾਂ ਖਿੱਚੂ ਸਟੈਪ ਜਿਹੜਾ ਉਹ ਹੋਊਗਾ, ਔਰ ਅਦਾਲਤਾਂ ਨੂੰ ਮੀਡੀਆ ਦੀ ਬਦਲਦੀ ਤਕਨੀਕ ਨੂੰ ਲੈ ਕੇ ਚੌਕਸ ਰਹਿਣਾ ਹੋਊਗਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਗੱਲ ਚੰਗੀ ਨਹੀਂ ਹੈ ਕਿ ਉਹਨੂੰ ਅਦਾਲਤੀ ਕਾਰਵਾਈ ਦੀ ਰਿਪੋਰਟਿੰਗ ਕਰਨ ਤੋਂ ਰੋਕਿਆ ਜਾਵੇ। ਹੁਣ ਜਿਹੜੇ ਲੋਕਾਂ ਦੀ ਮੌਤ ਹੋ ਰਹੀ ਹੈ, ਖਾਸ ਤੌਰ ਦੇ ਉੱਤੇ ਜਿਨ੍ਹਾਂ ਸੂਬਿਆਂ ਦੇ ਵਿੱਚ ਚੋਣਾਂ ਸੀ, ਉੱਥੇ ਬਹੁਤ ਤੇਜ਼ੀ ਦੇ ਨਾਲ ਇਹ ਜਿਹੜੇ ਪੋਜ਼ਿਟਿਵ ਨੇ ਉਹਨਾਂ ਦੀ ਗਿਣਤੀ ਵੱਧਦੀ ਤੁਰੀ ਜਾ ਰਹੀ ਹੈ, ਮੌਤਾਂ ਦੀ ਗਿਣਤੀ ਵੱਧਦੀ ਤੁਰੀ ਜਾ ਰਹੀ ਹੈ। ਲੋਕਾਂ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਇਹਨਾਂ ਟਿੱਪਣੀਆਂ ਨੇ ਅਵੇਅਰਨੈਸ ਤਾਂ ਕ੍ਰੀਏਟ ਕੀਤੀ ਆ, ਉਹ ਅਵੇਅਰਨੈਸ ਜਿਹੜੀ ਆ ਉਹ ਚੋਣ ਕਮਿਸ਼ਨ ਖਤਮ ਕਰਨੀ ਚਾਹੁੰਦਾ। ਜੇ ਕੋਈ ਮਾੜੀ ਮੋਟੀ ਕਿਤੇ ਜਗ੍ਹਾ ਦੇ ਉੱਤੇ ਸ਼ਰਮ ਨਾਂ ਦੀ ਚੀਜ਼ ਜਿਹੜੀ ਉਹ ਬਚੀ ਆ, ਤਾਂ ਚੋਣ ਕਮਿਸ਼ਨ ਨੂੰ ਅਜੇ ਵੀ ਲੋਕਾਂ ਤੋਂ ਓਪਨਲੀ ਇਸ ਚੀਜ਼ ਦੀ ਮੁਆਫੀ ਮੰਗਣੀ ਚਾਹੀਦੀ ਹੈ ਕਿ ਇਹ ਉਹਦੀਆਂ ਗਲਤੀਆਂ ਸੀ ਜਿਹਦੇ ਨਾਲ ਇੰਨੇ ਲੋਕ ਮਾਰੇ ਗਏ। ਜਿਹਨੇ ਸਦਾ ਹੀ ਮਨ ਮਰਜ਼ੀਆਂ ਕੀਤੀਆਂ, ਹੁਣ ਉਹ ਕਿਵੇਂ ਕਰਨਗੇ ਇਸ ਤਰ੍ਹਾਂ ਦੀ? ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਕਾਂਗਰਸੀ ਜਿਹੜੇ ਹੋਰ ਉਹਨਾਂ ਦੇ ਵਿਧਾਇਕ ਮੈਂਬਰ ਹੈਗੇ, ਉਹਨਾਂ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਹਾਈ ਕੋਰਟ ਜਾਓ ਜਿਸ ਤਰ੍ਹਾਂ ਦਿੱਲੀ ਸਰਕਾਰ ਗਈ। ਦੇਖੋ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਦਾ ਆਪਣਾ ਸਟਾਈਲ ਹੈ, ਰਾਜਾਸ਼ਾਹੀ ਸਟਾਈਲ ਹੈ,
ਉਹ ਨਹੀਂ ਨਿਕਲਦੇ ਆਪਣੇ ਘਰ ਤੋਂ, ਉਹ ਪੰਜਾਬ ਹੀ ਨਹੀਂ ਆਏ। ਚਲੋ ਹੁਣ ਤਾਂ ਕਰੋਨਾ ਦਾ ਬਹਾਨਾ, ਉਹ ਜੀ ਨਹੀਂ ਆਏ 4.5 ਸਾਲਾਂ ਦੇ ਵਿੱਚ, 4.5 ਵਾਰੀ ਨਹੀਂ ਆਏ ਉਹ, 4 ਵਾਰੀ ਆਏ ਹੋਣਗੇ। ਵਰਚੁਅਲ ਮੀਟਿੰਗ ਕਰ ਰਹੇ ਨੇ, ਕਾਂਗਰਸੀ ਸੰਸਦ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ, ਹੈ ਤਾਂ ਚੋਣਾਂ ਦੀ ਤਿਆਰੀ ਹੈ ਇਹ। ਚਲੋ ਕਰੋਨਾ ਦੇ ਕਰਕੇ ਉਹਦੇ ਉੱਤੇ ਗੱਲ ਜਿਹੜੀ ਉਹ ਹੋਣੀ ਹੋਈ ਸੀ। ਮੈਂ ਪਹਿਲਾਂ ਵੀ ਜਿਹੜਾ ਦੀ ਕਿਹਾ ਸੀਗਾ ਕਿ ਜਦੋਂ ਬਾਕੀ ਰਾਜ ਜਿਹੜੇ ਆ ਉਹ ਆਕਸੀਜਨ ਲੈਣ ਦੇ ਵਾਸਤੇ ਆਪੋ ਆਪਣੇ ਸੂਬੇ ਦੀਆਂ ਹਾਈ ਕੋਰਟਾਂ ਦੇ ਵਿੱਚ ਜਾ ਰਹੇ ਆ, ਤੇ ਹਾਈ ਕੋਰਟਾਂ ਇਸ ਵੇਲੇ ਸ਼ਲਾਘਾਯੋਗ ਕੰਮ ਕਰ ਰਹੀਆਂ ਨੇ, ਤੇ ਫਿਰ ਪੰਜਾਬ ਨੂੰ ਕੀ ਤਕਲੀਫ ਹੈ ਕਿ ਉਹ ਕਿਉਂ ਨਹੀਂ ਜਾ ਸਕਦਾ ਹਾਈ ਕੋਰਟ ਦੇ ਵਿੱਚ ਸੈਂਟਰ ਦੀ ਸਰਕਾਰ ਤੋਂ ਆਕਸੀਜਨ ਮੰਗਣ ਦੇ ਵਾਸਤੇ। ਮੁੱਖ ਮੰਤਰੀ ਸਾਹਿਬ ਚਿੱਠੀ ਲਿਖ ਰਹੇ ਆ ਕੇਂਦਰ ਦੀ ਸਰਕਾਰ ਨੂੰ, ਸਾਡਾ ਆਕਸੀਜਨ ਦਾ ਕੋਟਾ ਵਧਾ ਦਿਓ। ਜਿਹੜੀ ਕੇਂਦਰ ਦੀ ਸਰਕਾਰ, ਤੁਸੀਂ ਦੇਖੋ ਕਿ ਨਾ ਤਾਂ ਉਹ ਹਾਈ ਕੋਰਟ ਨੂੰ ਮੰਨ ਰਹੀ ਹੈ, ਨਾ ਉਹ ਸੁਪਰੀਮ ਕੋਰਟ ਨੂੰ ਮੰਨ ਰਹੀ ਹੈ। ਉਹ ਹਾਈ ਕੋਰਟ ਦੇ ਵਿੱਚ ਜਾ ਕੇ, ਦਿੱਲੀ ਦੀ ਹਾਈ ਕੋਰਟ ਦੇ ਵਿੱਚ ਬਜਾਏ ਇਹਦੇ, ਇੱਕ ਉਹ ਇਹ ਕਹਿੰਦੀ ਕਿ ਠੀਕ ਹੈ ਅਸੀਂ ਦਿੱਲੀ ਦੀ ਸਰਕਾਰ ਨੂੰ, ਦਿੱਲੀ ਨੂੰ 700 ਮੀਟ੍ਰਿਕ ਟਨ ਆਕਸੀਜਨ ਦੇਣ ਲਈ ਤਿਆਰ ਹੈ, ਉਹ ਸੁਪਰੀਮ ਕੋਰਟ ਚਲੇਗੀ। ਸੁਪਰੀਮ ਕੋਰਟ ਜਾ ਕੇ ਕੀ ਕਹਿੰਦੀ ਹੈ ਕਿ ਚਲੋ ਇੱਦਾਂ ਕਰਦੇ ਹਾਂ ਅਸੀਂ ਤੁਹਾਨੂੰ 500 ਮੀਟ੍ਰਿਕ ਟਨ ਦੇ ਦਿੰਦੇ ਹਾਂ। ਤਾਂ ਸੁਪਰੀਮ ਕੋਰਟ ਸਖਤ ਰਹੀ, ਜਾਂ ਦਿੱਲੀ ਦੀ ਸਰਕਾਰ ਉਹ ਲਗਾਤਾਰ ਲੜਦੀ ਆ ਰਹੀ ਹੈ ਅਦਾਲਤਾਂ ਦੇ ਰਾਹੀਂ। ਬੇਸ਼ੱਕ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ, ਉਹਦੇ ਕੋਲ ਤਾਂ ਪਾਵਰ ਹੀ ਕੋਈ ਨਹੀਂ ਹੈਗੀ, ਉਹ ਤਾਂ ਬਿਨਾਂ ਪਾਵਰ ਤੋਂ ਮੁੱਖ ਮੰਤਰੀ ਕਰ ਦਿੱਤੇ ਗਏ ਆ, ਉਹ ਲੜ ਰਹੇ ਆ। ਜੇ ਸੁਪਰੀਮ ਕੋਰਟ ਤੱਕ ਜਾ ਕੇ ਉਹਨਾਂ ਨੂੰ ਆਕਸੀਜਨ ਮਿਲੀ ਆ, ਇਹ ਨਹੀਂ ਸਮਝ ਆਉਂਦੀ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਚਿੱਠੀ ਦੇ ਉੱਤੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਕਿੱਥੋਂ ਇਹਨਾਂ ਨੂੰ ਆਕਸੀਜਨ ਜਿਹੜੀ ਉਹ ਪ੍ਰੋਵਾਈਡ ਕਰ ਦੂਗੀ। ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ, ਉਹਨਾਂ ਨੇ ਸੁਝਾਅ ਦਿੱਤਾ ਕਿ ਕੇਂਦਰ ਦੀ ਸਰਕਾਰ ਨੇ ਟਸ ਤੋਂ ਮਸ ਨਹੀਂ ਹੋਣਾ, ਦਿੱਲੀ ਸਰਕਾਰ ਦੀ ਤਰਜ਼ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ। ਸੰਸਦ ਮੈਂਬਰਾਂ ਨੇ ਦਿੱਲੀ ਦੇ ਵਿੱਚ ਜਿਹੜਾ ਜੀ ਇਹ ਕਿਹਾ ਕਿ ਉੱਥੋਂ ਦੀ ਸਰਕਾਰ ਨੇ ਜਿਵੇਂ ਅਦਾਲਤ ਦਾ ਸਹਾਰਾ ਲੈ ਕੇ ਗਲਤ ਜਿਹੜਾ ਉਹ ਅੰਗੂਠਾ ਦਿੱਤਾ ਕੇਂਦਰ ਦੀ ਸਰਕਾਰ ਦੇ ਇਹ ਇੱਥੋਂ ਜਿਹੜਾ ਇਹੀ ਤਰਜ਼ ਦੇ ਉੱਤੇ ਜਾਇਆ ਜਾਵੇ। ਹੁਣ ਮੁੱਖ ਮੰਤਰੀ ਹੋਰੀ ਦਿੱਲੀ ਦੀ ਗੱਲ ਸੁਣਨ ਦੇ ਵਾਸਤੇ ਕਦੇ ਵੀ ਤਿਆਰ ਨਹੀਂ ਹੁੰਦੇ। ਇੱਕ ਚਰਚਾ ਇਹ ਵੀ ਕੀਤੀ ਗਈ ਕਿ ਪਾਕਿਸਤਾਨ ਤੋਂ ਆਕਸੀਜਨ ਲੈਣ ਦੀ ਪ੍ਰਵਾਨਗੀ ਲਈ ਕੇਂਦਰ ਤੱਕ ਮੁੜ ਕੇ ਪਹੁੰਚ ਕੀਤੀ ਜਾਵੇ, ਕਿਉਂਕਿ ਪਹਿਲਾਂ ਮੈਂ ਤੁਹਾਨੂੰ ਵਿਸਥਾਰ ਦੱਸਿਆ ਕਿ ਜਿਹੜਾ ਸੂਬਾ ਉਹ ਹੁਣ ਸਿੱਧੀ ਵੀ ਲੈ ਸਕਦਾ ਕਿਸੇ ਮੁਲਕ ਤੋਂ ਜੇ, ਹਾਲਾਂਕਿ ਪਾਕਿਸਤਾਨ ਦੇ ਵਿੱਚ ਵੀ ਕੇਸ ਜਿਹੜੇ ਆ ਉਹ ਵੱਧ ਰਹੇ ਆ। ਜਦੋਂ ਉਹਨਾਂ ਨੇ ਆਫਰ ਕੀਤੀ ਸੀ ਕੁਝ ਦਿਨ ਪਹਿਲਾਂ, ਉਦੋਂ ਦੇ ਵਿੱਚ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਫਰਕ ਜਿਹੜਾ ਉਹ ਪੈ ਗਿਆ ਹੋਇਆ। ਮੁੱਖ ਮੰਤਰੀ ਹੋਰਾਂ ਨੇ ਜਿਹੜੇ ਇਹ ਸੰਸਦ ਮੈਂਬਰ ਨੇ ਉਹਨਾਂ ਨੂੰ ਇਹ ਗੱਲ ਆਖੀ ਆ ਕਿ ਉਹ ਆਕਸੀਜਨ ਤੇ ਟੀਕਾਕਰਨ ਦੇ ਮੁੱਦੇ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਤੇ ਕੇਂਦਰੀ ਸਿਹਤ ਮੰਤਰੀ ਦੇ ਨਾਲ ਮੁਲਾਕਾਤ ਕਰਨ, ਉੱਥੇ ਜਾ ਕੇ ਉਹਨਾਂ ਦੇ ਉੱਤੇ ਦਬਾਓ ਜਿਹੜਾ ਉਹ ਪਾਉਣ। ਹੁਣ ਸਵਾਲ ਇਹ ਆ ਕਿ ਐਜ਼ ਏ ਸੀਐਮ, ਐਜ਼ ਏ ਸੂਬੇ ਦੇ ਮੁਖੀ ਦੇ ਵਜੋਂ ਜੇ ਮੁੱਖ ਮੰਤਰੀ ਇਹ ਮੁਲਾਕਾਤ ਕਰਨ, ਉਹ ਜ਼ਿਆਦਾ ਇਫੈਕਟਿਵ ਹੋਊਗੀ ਜਾਂ ਸਿਰਫ ਜਿਹੜੇ ਦੀ ਉਹ ਸੰਸਦ ਮੈਂਬਰ ਨੇ ਉਹ ਜਾ ਕੇ ਮੁਲਾਕਾਤ ਕਰਨ ਤੇ ਉਹ ਇਫੈਕਟਿਵ ਹੋਊਗੀ? ਚਾਹੇ ਖੇਤੀ ਕਾਨੂੰਨਾਂ ਦਾ ਮਾਮਲਾ ਸੀ, ਚਾਹੇ ਇਹ ਮਾਮਲਾ, ਮੁੱਖ ਮੰਤਰੀ ਸਾਹਿਬ ਨਹੀਂ ਘਰੋਂ ਜਾਣਾ ਚਾਹੁੰਦੇ। ਉਹ ਹੁਣ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ, ਉਹਨਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਜਾਓ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਓ ਜਿਹੜਾ ਉਹ ਪਾਓ, ਇਹ ਦਬਾਓ ਬਿਨਾਂ ਅਦਾਲਤ ਤੋਂ ਨਹੀਂ ਪੈਣਾ। ਇਹ ਗੱਲ ਮੁੱਖ ਮੰਤਰੀ ਸਾਹਿਬ ਨੂੰ ਅਜੇ ਵੀ ਸਮਝ ਨਹੀਂ ਆ ਰਹੀ, ਔਰ ਉਹ ਚਿੱਠੀਆਂ ਦੇ ਨਾਲ ਹੀ ਜਿਹੜਾ ਉਹ ਸਾਰਨਾ ਚਾਹੁੰਦੇ ਆ। ਔਰ ਹਾਲਾਤ ਸਭ ਨੂੰ ਪਤਾ ਕਿ ਪੰਜਾਬ ਦੇ ਵੀ ਇਸ ਵੇਲੇ ਫਿਕਰਮੰਦੀ ਵਾਲੇ ਪਾਸੇ ਨੂੰ ਜਾ ਰਹੇ ਆ। ਤੁਹਾਨੂੰ ਮੌਤਾਂ ਦੀ ਗਿਣਤੀ ਵੀ ਦੱਸਦੀ ਆ ਤੇ ਹਸਪੀਟਲਾਂ ਦੇ ਹਾਲਾਤ ਵੀ ਜਿਹੜੇ ਉਹ ਦੱਸ ਦਿੱਤੇ ਆ ਕਿ ਕਿਹੋ ਜਿਹੇ ਬਣੇ ਹੋਏ। ਬਿਲਕੁਲ ਜੀ, ਬਹੁਤ ਹਾਲ ਮੰਦਾ ਆ। ਮੁੱਖ ਮੰਤਰੀ ਜਿਵੇਂ ਲੱਲਾ ਭੱਬਾ ਕਰੀ ਜਾਂਦੇ, ਦਸਰਨ ਵਾਲਾ ਨਹੀਂਗਾ। ਅੱਗੇ ਨੌਵੇਂ ਪਾਤਸ਼ਾਹ ਦਾ 400 ਸਾਲਾ ਪੁਰਬ ਲੰਘਿਆ ਆ, ਪਰ ਸ਼੍ਰੋਮਣੀ ਕਮੇਟੀ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਦੇਖੋ ਇਹ 400 ਸਾਲਾ ਜਿਹੜਾ ਪ੍ਰਕਾਸ਼ ਪੁਰਬ ਸੀਗਾ, ਇਸ ਮੌਕੇ ਦੇ ਉੱਤੇ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ, ਡਾਕ ਟਿਕਟ ਤੇ ਡਾਕ ਲਿਫਾਫਾ ਜਾਰੀ ਕਰਨ ਦੇ ਵਿੱਚ ਕੇਂਦਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੋਵੇਂ ਪਛੜ ਗਏ ਆ। ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਸਿੱਕੇ ਅਗਲੇ ਹਫਤੇ ਜਾਰੀ ਕਰਨ ਦੀ ਹੁਣ ਗੱਲ ਕਹੀ ਗਈ ਆ। ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਜਿਹੜਾ ਸਮਾਗਮ ਸੀਗਾ, 1 ਮਈ ਨੂੰ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਜਨਮ ਸਥਾਨ ਗੁਰੂ ਕੇ ਮਹਿਲ ਤੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਜਿਹੜਾ ਉਹ ਮਨਾਇਆ ਗਿਆ। ਕੋਰੋਨਾ ਕਰਕੇ ਇਹ ਸਮਾਗਮ ਬਹੁਤ ਛੋਟੇ ਰਹੇ, ਔਰ ਸੂਬਾ ਸਰਕਾਰ ਵੀ ਵਰਚੁਅਲ ਤੌਰ ਦੇ ਉੱਤੇ ਹੀ ਉਹਨੇ ਵੀ ਪ੍ਰੋਗਰਾਮ ਜਿਹੜੇ ਸੀ ਉਹ ਕਰਵਾਏ। ਸ਼ਤਾਬਦੀ ਸਮਾਗਮ ਦੇ ਮੌਕੇ ਕੇਂਦਰ ਦੀ ਸਰਕਾਰ ਦੇ ਵੱਲੋਂ ਯਾਦਗਾਰੀ ਸਿੱਕਾ, ਡਾਕ ਟਿਕਟ ਤੇ ਲਿਫਾਫਾ, ਸ਼੍ਰੋਮਣੀ ਕਮੇਟੀ ਦੇ ਵੱਲੋਂ ਸੋਨੇ ਚਾਂਦੀ ਦੇ ਯਾਦਗਾਰੀ ਸਿੱਕੇ ਜਿਹੜੇ ਉਹ ਜਾਰੀ ਕੀਤੇ ਜਾਣੇ ਸੀਗੇ।
ਕੇਂਦਰ ਦੀ ਸਰਕਾਰ ਦੇ ਵੱਲੋਂ ਸ਼੍ਰੋਮਣੀ ਕਮੇਟੀ ਕੋਲੋਂ ਯਾਦਗਾਰੀ ਸਿੱਕੇ, ਡਾਕ ਟਿਕਟ ਤੇ ਲਿਫਾਫੇ ਲਈ ਡਿਜ਼ਾਈਨ ਵੀ ਮੰਗਵਾਏ ਗਏ ਸੀਗੇ। ਔਰ ਸ਼੍ਰੋਮਣੀ ਕਮੇਟੀ ਨੇ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕਰਕੇ ਇਹ ਡਿਜ਼ਾਈਨ ਤਿਆਰ ਕੀਤਾ ਸੀਗਾ, ਜਿਹਦੇ ਤੇ ਗੁਰਦੁਆਰਾ ਗੁਰੂ ਕੇ ਮਹਿਲ ਦੀ ਤਸਵੀਰ ਲਾਈ ਗਈ ਸੀ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੋਨੇ ਚਾਂਦੀ ਦੇ ਜਿਹੜੇ ਯਾਦਗਾਰੀ ਸਿੱਕੇ ਦੀ ਯੋਜਨਾ ਵੀ ਸੀਗੀ। ਦੋਵਾਂ ਧਿਰਾਂ ਦੇ ਵੱਲੋਂ ਇਹ ਯਾਦਗਾਰੀ ਚੀਜ਼ਾਂ ਜਾਰੀ ਉਸ ਦਿਨ ਨਹੀਂ ਹੋ ਸਕੀਆਂ। ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਸਿੱਕੇ ਦਿੱਲੀ ਤੋਂ ਤਿਆਰ ਕਰਵਾਏ ਜਾਣੇ ਸੀਗੇ, ਜਿੱਥੋਂ ਇੱਥੋਂ ਸੋਨਾ ਭੇਜਣਾ ਸੀਗਾ, ਪਰ ਦਿੱਲੀ ਦੇ ਵਿੱਚ ਲਾਕਡਾਊਨ ਹੋਣ ਕਰਕੇ ਕੰਮ ਸਿਰੇ ਨਹੀਂ ਚੜ ਸਕਿਆ। ਹੁਣ ਧਰਮ ਪ੍ਰਚਾਰ ਕਮੇਟੀ ਜਿਹੜੀ ਆ ਉਹ ਇਹ ਕਹਿੰਦੀ ਆ ਕਿ ਯਾਦਗਾਰੀ ਸਿੱਕੇ ਅਗਲੇ ਹਫਤੇ ਦੇ ਵਿੱਚ ਤਿਆਰ ਹੋ ਕੇ ਜਿਹੜੇ ਆਉਣਗੇ, ਉਦੋਂ ਬਾਅਦ ਉਹਨਾਂ ਨੂੰ ਜਾਰੀ ਕੀਤਾ ਜਿਹੜਾ ਉਹ ਜਾਊਗਾ। ਇਹਦੇ ਚ ਕੋਈ ਸ਼ੱਕ ਨਹੀਂ ਕਿ ਲਾਕਡਾਊਨ ਜਿਹੜਾ ਜੀ ਉਹ ਲੱਗਿਆ, ਪਰ ਜਿਹੜਾ ਇਹ ਦਿਨ ਆਉਣਾ ਸੀਗਾ 400 ਸਾਲਾ, ਇਹ ਕੋਈ ਇਹ ਥੋੜੀ ਸੀਗਾ ਜੀ ਕਿ ਕਿਉਂਕਿ ਲਾਕਡਾਊਨ ਤਾਂ ਲੱਗਿਆ 8 ਦਿਨ ਪਹਿਲਾਂ, 9 ਦਿਨ ਪਹਿਲਾਂ, ਉਦੋਂ ਥੋੜੀ ਪਤਾ ਲੱਗਿਆ ਵੀ 400 ਸਾਲਾ ਜਿਹੜਾ ਦਿਵਸ ਆ ਰਿਹਾ। ਇਹ ਤਾਂ ਪਤਾ 1 ਸਾਲ ਪਹਿਲਾਂ ਤੋਂ ਸੀਗਾ। 1 ਸਾਲ ਪਹਿਲਾਂ ਤੋਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ, ਇਹ ਅਣਗਹਿਲੀਆਂ ਨੇ। ਕਮੇਟੀ ਬਣਾ ਦਿਓ, ਕਿਸੇ ਵੀ ਚੀਜ਼ ਦੇ ਉੱਤੇ ਕਮੇਟੀ ਬਣਾ ਦਿਓ। ਉਹ ਕਮੇਟੀ ਜਿਹੜੀ ਆ ਉਹ ਕੁਝ ਵੀ ਕੀਤੇ ਤੋਂ ਬਿਨਾਂ ਉਂਝ ਕਾਗਜ਼ੀ ਕਾਰਵਾਈ ਜਿਹੜੀ ਉਹ ਪਾਉਣ ਦੇ ਵਿੱਚ ਲੱਗੀ ਰਹਿੰਦੀ ਆ। ਜਿਵੇਂ ਇੱਕ ਕਮੇਟੀ ਜੇ ਤੁਹਾਨੂੰ ਯਾਦ ਹੋਵੇ ਤਾਂ ਤਕਰੀਬਨ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਬਣਾਈ ਗਈ ਸੀ 3 ਮੈਂਬਰੀ ਕਿਰਪਾਲ ਸਿੰਘ ਬਡੂਗਰ ਹੋਰਾਂ ਦੀ ਅਗਵਾਈ ਦੇ ਵਿੱਚ, ਜਿਹਨੇ ਇਹ ਪਤਾ ਲਾਉਣਾ ਸੀਗਾ ਵੀ ਜਿਹੜੇ ਗ੍ਰੰਥ ਹੱਥ ਲਿਖਤ ਬੀੜਾ ਸਾਕਾ ਨੀਲਾ ਤਾਰਾ ਦੇ ਦੌਰਾਨ ਫੌਜ ਲੈ ਗਈ ਸੀ, ਜਿਹੜੀਆਂ ਉਹ ਵਾਪਸ ਕੀਤੀਆਂ ਉਹ ਕਿਹਨੇ ਰਿਸੀਵ ਕੀਤੀਆਂ ਤੇ ਉਹ ਕਿੱਥੇ ਨੇ। 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਉਹ ਕਮੇਟੀ ਨੇ ਇੱਕ ਸਿੰਗਲ ਮੀਟਿੰਗ ਤੱਕ ਨਹੀਂ ਅਜੇ ਤੱਕ ਕੀਤੀ। ਅਤੇ ਹੁਣੇ ਵੀ ਨਹੀਂ, ਉਹ ਤਾਂ ਕਹਿੰਦੇ ਲੋਕਾਂ ਨੂੰ ਯਾਦ ਭੁੱਲ ਜਾਣ ਸਾਰੀਆਂ ਗੱਲਾਂ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪਟਿਆਲਾ ਜੇਲ੍ਹ ਦੇ ਵਿੱਚੋਂ ਉਹ 3 ਕੈਦੀ ਭੱਜ ਗਏ ਸੀ, ਉਹਨਾਂ ਦੇ ਵਿੱਚੋਂ 1 ਕਾਬੂ। ਇਹਨੂੰ ਕਪੂਰਥਲਾ ਡਿਸਟ੍ਰਿਕਟ ਤੋਂ ਕਾਬੂ ਕੀਤਾ ਗਿਆ ਜੀ। ਪਟਿਆਲਾ ਤੇ ਕਪੂਰਥਲਾ ਦੀ ਪੁਲਿਸ ਨੇ ਇਹਦੇ ਵਿੱਚ ਇਹਨੂੰ ਕਾਬੂ ਕੀਤਾ। ਇੰਦਰਜੀਤ ਧਿਆਨਾ ਹੈਗਾ ਇਹ, ਔਰ ਇੱਕ ਕਪੂਰਥਲਾ ਦੇ ਪਿੰਡ ਰਾਣੀਪੁਰ ਕੰਬੋਆਂ ਦਾ ਰਹਿਣ ਵਾਲਾ। ਇਹਦੇ ਖਿਲਾਫ ਨਸ਼ਾ ਤਸਕਰੀ ਤੇ ਹੋਰ ਵਾਰਦਾਤਾਂ ਦੇ ਦਰਜਨਾ ਕੇਸ ਦਰਜ ਨੇ। ਪੁਲਿਸ ਦੂਜੇ ਕੈਦੀਆਂ ਦੀ ਭਾਲ ਕਰ ਰਹੀ ਹੈ। 3 ਜਣੇ ਇਹ ਪਟਿਆਲੇ ਦੀ ਜੇਲ੍ਹ ਦੇ ਵਿੱਚੋਂ ਭੱਜੇ ਸੀਗੇ। ਇਹਨਾਂ ਦੇ ਵਿੱਚੋਂ ਅੰਮ੍ਰਿਤਸਰ ਦੇ ਵਣੀਕੇ ਪਿੰਡ ਦਾ ਵਸਨੀਕ ਸ਼ੇਰ ਸਿੰਘ ਸੀ, ਜਿਹੜਾ ਕਿ ਯੂਕੇ ਤੋਂ ਇੱਥੇ ਤਬਦੀਲ ਕੀਤਾ ਗਿਆ, ਉਹਨੂੰ ਡਿਪੋਰਟ ਕੀਤਾ ਗਿਆ ਸੀਗਾ ਉੱਥੇ ਸਜ਼ਾ ਕਰਕੇ। ਕਤਲ ਦੇ ਮਾਮਲੇ ਦੇ ਵਿੱਚ ਉਹਨੂੰ ਯੂਕੇ ਦੀ ਅਦਾਲਤ ਨੇ 22 ਸਾਲ ਦੀ ਕੈਦ ਕੀਤੀ ਹੋਈ ਹੈ। ਰੋਪੜ ਦੇ ਇੱਕ ਕੈਦੀ ਜਿਹੜਾ ਰੋਪੜ ਦੇ ਪਿੰਡ ਢਾਡੀ ਦਾ ਵਸਨੀਕ ਸੀਗਾ ਜਸਪ੍ਰੀਤ ਨੂਪੀ, ਉਹ ਕਤਲ ਕੇਸ ਦਾ ਸਾਹਮਣਾ ਕਰ ਰਿਹਾ। ਉਹ ਹਵਾਲਾਤੀ ਸੀਗਾ ਕਿਉਂਕਿ ਉਹਦਾ ਕੇਸ ਅਜੇ ਚੱਲ ਰਿਹਾ। ਪਟਿਆਲੇ ਦੀ ਪੁਲਿਸ ਨੇ ਇਹ ਗੱਲ ਕਨਫਰਮ ਕੀਤੀ ਆ ਕਿ ਉਹ ਇਹਨਾਂ ਦੀ ਪੈੜ ਨੱਪ ਰਹੀ ਸੀ, 1 ਜਣਾ ਜਿਹੜਾ ਇਹਦੇ ਵਿੱਚੋਂ ਫੜਿਆ ਗਿਆ। ਹਾਲਾਂਕਿ ਇਹਦੀ ਪੁਸ਼ਟੀ ਨਹੀਂ ਹੋ ਪਾਈ, ਪਰ ਕਿਹਾ ਜਾ ਰਿਹਾ ਕਿ ਪੁਲਿਸ ਉਹਨੂੰ ਪਟਿਆਲੇ ਦੀ ਜੇਲ੍ਹ ਦੇ ਵਿੱਚ ਕੱਲ ਸ਼ਾਮੀ ਲੈ ਕੇ ਆਈ ਸੀਗੀ, ਇਹ ਪੁੱਛਣ ਦੇ ਵਾਸਤੇ, ਵੇਖਣ ਦੇ ਵਾਸਤੇ ਕਿ ਉਹ ਭੱਜੇ ਕਿਵੇਂ ਇੱਥੋਂ। ਕਿਉਂਕਿ ਜਿਹੜੀ 12 ਫੁੱਟ ਇੱਕ ਇਹਨਾਂ ਨੇ ਕੰਧ ਟੱਪੀ, ਇੱਕ ਟੱਪੀ 18 ਫੁੱਟ ਵਾਲੀ, 12 ਫੁੱਟ ਵਾਲੀ ਸਮਝਿਆ ਜਾ ਸਕਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜਿਵੇਂ ਕਿਹਾ ਜਾ ਰਿਹਾ ਸੀ ਵੀ ਇੱਕ ਦੂਜੇ ਦੇ ਮੋਢਿਆਂ ਦੇ ਉੱਤੇ ਚੜ੍ਹ ਕੇ ਇਹਨਾਂ ਨੇ ਇਹ ਟੱਪੀ ਆ। 18 ਫੁੱਟ ਵਾਲੀ ਕੰਧ ਜਿਹੜੀ ਆ ਉਹ ਬਿਨਾਂ ਉੱਥੇ ਕਿਸੇ ਨੂੰ ਮਿਲੇ ਤੋਂ ਨਹੀਂ ਟੱਪੀ ਜਾ ਸਕਦੀ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਚਾਦਰਾਂ ਸੀਗੀਆਂ ਤੇ ਲੋਈਆਂ ਸੀ ਉਹਨਾਂ ਨੂੰ ਅੱਧ ਚੋਂ ਪਾੜ ਕੇ ਇਹਨਾਂ ਨੇ ਲੰਮੀ ਚਾਦਰ ਜਿਹੜੀ ਸੀ ਉਹ ਬਣਾਈ। ਇਹ ਤਿੰਨੇ ਇੱਕੋ ਚੱਕੀ ਦੇ ਵਿੱਚ ਸੀਗੇ, ਉੱਥੋਂ ਇਹ ਜਿਹੜਾ ਸੀਗਾ ਪਾੜ ਪਾ ਕੇ ਬਾਥਰੂਮ ਦੇ ਵਿੱਚੋਂ ਭੱਜੇ ਨੇ। ਫਿਰ 12 ਫੁੱਟ ਦੀ ਇੱਕ ਟੱਪੇ, ਫਿਰ 18 ਫੁੱਟ ਦੀ ਜਿਹੜੀ ਉਹ ਟੱਪੇ, ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਬਹੁਤ ਥੋੜੀ ਜਿਹੀ ਰਿਕਾਰਡਿੰਗ ਹੋਈ, ਅੱਗੇ ਕੈਮਰੇ ਹੀ ਹੈ ਨਹੀਂ ਸੀਗੇ। ਇੱਥੇ ਸਿੱਧੂ ਕਾਲੋਨੀ ਪੈਂਦੀ ਆ ਜੇਲ੍ਹ ਦੇ ਨੇੜੇ, ਉੱਥੋਂ ਇਹ ਸਰਹੰਦ ਰੋਡ ਪਹੁੰਚੇ ਤੇ ਉੱਥੋਂ ਟਰੱਕ ਦੇ ਰਾਹੀਂ ਮੋਹਾਲੀ ਤੇ ਫਿਰ ਉੱਥੋਂ ਕੀਰਤਪੁਰ ਜਿਹੜਾ ਉਹ ਗਏ ਦੱਸੇ ਜਾਂਦੇ ਆ। ਇੱਥੇ ਰਾਤ ਨੂੰ ਕਰਫਿਊ ਲੱਗਦਾ, ਰਾਤ 5 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਆ, ਚਲੋ ਉਦੋਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਲੱਗਦਾ ਸੀ ਜਦੋਂ ਇਹ ਭੱਜੇ ਸੀ। ਉਹ ਕਰਫਿਊ ਦੇ ਵਿੱਚ ਜਿਹੜੇ ਵਹੀਕਲਸ ਦੇ ਉੱਤੇ ਚੜ੍ਹਦੇ ਚੜ੍ਹਦੇ ਕੀਰਤਪੁਰ ਕਿਵੇਂ ਜਿਹੜਾ ਗਏ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਪਰ ਉਦੋਂ ਵੀ ਵੱਡਾ ਸਵਾਲ ਇਹ ਆ ਕਿ ਬਿਨਾਂ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਇਹ ਭੱਜ ਹੀ ਨਹੀਂ ਸੀ ਸਕਦੇ। 18 ਫੁੱਟ ਦੀ ਕੰਧ ਜਿਹੜੀ ਆ ਉਹ ਇੰਪੋਸੀਬਲ ਆ ਟੱਪਣੀ, ਤੁਸੀਂ ਬਣਾ ਵੀ ਲਓਗੇ ਲੋਈ ਜਾਂ ਚਾਦਰ ਜਿਹੜੀ ਆ ਉਹਨੂੰ ਪਾੜ ਕੇ ਉੱਤੇ ਉੱਤੋਂ ਤੱਕ ਕਿਵੇਂ ਜਾਓਗੇ 18 ਫੁੱਟ ਕੰਧ ਦੇ ਉੱਤੇ ਖਾਸ ਤੌਰ ਤੇ, ਜਾਂ ਕੋਈ ਬਾਹਰ ਜਿਹੜਾ ਵਿਅਕਤੀ ਖੜਾ
ਜਿਹਨੇ ਕਿ ਬਾਹਰੋਂ ਕੁਛ ਲਮਕਾਇਆ, ਜਿਹਨੂੰ ਇਹ ਚੜ ਕੇ ਗਏ ਨੇ। ਪਰ ਇਹਦੇ ਬਾਵਜੂਦ ਜਿਹੜੀ ਇਹ ਪਟਿਆਲੇ ਦੀ ਜੇਲ੍ਹ ਆ, ਉਹਦੇ ਆਲੇ ਦੁਆਲੇ ਉੱਚੀਆਂ ਜਗ੍ਹਾ ਦੇ ਉੱਤੇ 24 ਘੰਟੇ ਜਿਹੜੀ ਆ ਉਹ ਸੁਰੱਖਿਆ ਦੇ ਵਾਸਤੇ ਖੜੇ ਰਹਿੰਦੇ ਆ ਜੀ, ਸੁਰੱਖਿਆ ਅਧਿਕਾਰੀ। ਬਿਲਕੁਲ ਜੀ, ਇਹ ਤਾਂ ਕਦੀ ਹੋ ਵੀ ਨਹੀਂ ਸਕਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।